ਸਭ ਤੋਂ ਪਹਿਲਾਂ ਤੁਹਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਵੈਲਕਮ ਆ ਤੁਹਾਡੇ ਆਪਣੇ ਚੈਨਲ ਇੱਕ ਮਹਿਰਾ 'ਚ। ਦੋਸਤੋ, ਅੱਜ ਕੱਲ੍ਹ ਮਾਰਕੀਟ ਵਿੱਚ ਬਹੁਤ ਤਰ੍ਹਾਂ ਦਾ ਡੁਪਲੀਕੇਟ ਸਮਾਨ ਆਇਆ ਹੋਇਆ ਅਤੇ ਆਪਾਂ ਨੂੰ ਉਹਦੀ ਜਾਣਕਾਰੀ ਨਹੀਂ ਹੁੰਦੀ, ਤਾਂ ਫਿਰ ਵੀ ਉਹਨੂੰ ਯੂਜ਼ ਕਰਦੇ ਹਾਂ, ਆਪਾਂ ਖਾਂਦੇ ਹਾਂ ਉਹਨੂੰ, ਠੀਕ ਹੈ। ਤਾਂ ਕਈ ਵਾਰ ਹੁੰਦਾ ਕਿ ਕੰਪਨੀ ਓਰੀਜਨਲ ਹੁੰਦੀ ਆ ਪਰ ਕਿਸੇ ਡੁਪਲੀਕੇਟ ਕੰਪਨੀ ਨੇ ਉਸ ਚੀਜ਼ ਨੂੰ ਬਣਾ ਕੇ ਉਹਨੂੰ ਪੇਸ਼ ਕੀਤਾ ਹੁੰਦਾ ਅਤੇ ਆਪਾਂ ਉਸ ਚੀਜ਼ ਨੂੰ ਯੂਜ਼ ਕਰ ਲੈਂਦੇ ਹਾਂ, ਖਾ ਲੈਂਦੇ ਹਾਂ ਅਤੇ ਆਪਾਂ ਨੂੰ ਹੀ ਪ੍ਰੋਬਲਮ ਆ ਜਾਂਦੀ ਬਾਅਦ ਵਿੱਚੋਂ। ਤਾਂ ਦੋਸਤੋ, ਮੰਨ ਲਓ ਕਿੱਦਾਂ, ਜਿਵੇਂ ਕਿ ਇੱਕ ਹੋਰ ਤੁਹਾਨੂੰ ਦੱਸ ਦੇਣਾ ਉਦਾਹਰਣ ਹੈ ਕਿ ਮੰਨ ਲਓ ਕਿ ਆਪਾਂ ਕਿਸੇ ਵੀ ਦੁਕਾਨ 'ਤੇ ਜਾਂਦੇ ਹਾਂ, ਆਪਾਂ ਕਹਿੰਦੇ ਮੈਨੂੰ ਸਮਾਨ, ਮੰਨ ਲਓ ਕਿ ਇੱਕ ਡੇਮੋ ਦੇਣਾ ਤੁਹਾਨੂੰ, ਠੀਕ ਹੈ। ਮੰਨ ਲਓ ਮੈਂ ਉਹਨੂੰ ਕਹਿੰਦਾ ਕਿ ਮੇਰੇ ਸਿਰ ਦਰਦ ਕਰਦਾ ਪਿਆ, ਉਹਨੂੰ ਸਿਰ ਦਰਦ ਦੀ ਗੋਲੀ ਦੇ ਦੇ, ਅਤੇ ਉਹ ਆਪਾਂ ਨੂੰ ਪੇਟ ਦਰਦ ਦੀ ਗੋਲੀ ਦੇ ਦੇਗਾ, ਆਪਾਂ ਨੂੰ ਨਹੀਂ ਪਤਾ ਲੱਗਣਾ, ਠੀਕ ਹੈ। ਜਿਹੜਾ ਕਿ ਮਾੜਾ ਮੈਡੀਕਲ ਵਾਲਾ, ਜਿਹਨੂੰ ਨਹੀਂ ਜ਼ਿਆਦਾ ਜਾਣਕਾਰੀ ਹੈਗੀ, ਕਈ ਤਾਂ ਅੱਜ ਕੱਲ੍ਹ ਇੱਦਾਂ ਖੋਲ੍ਹ ਕੇ ਬਹਿ ਜਾਂਦੇ ਆ, ਠੀਕ ਹੈ। ਤਾਂ ਆਪਾਂ ਇੱਕ ਇੱਦਾਂ ਦੀ ਐਪਲੀਕੇਸ਼ਨ ਹੈਗੀ ਆ, ਤੁਹਾਨੂੰ ਮੈਂ ਦੱਸਦਾ ਕਿ ਵੀਡੀਓ ਵਿੱਚ, ਅਤੇ ਉਸ ਨੂੰ ਤੁਸੀਂ ਡਾਊਨਲੋਡ ਕਰ ਲੈਣਾ ਆਪਣੇ ਫੋਨ ਵਿੱਚ। ਮੰਨ ਲਓ ਤੁਸੀਂ, ਤੁਹਾਨੂੰ ਕਿਸੇ 'ਤੇ ਵੀ ਸ਼ੱਕ ਹੋਵੇ ਕਿ ਇਹ ਸਮਾਨ ਡੁਪਲੀਕੇਟ ਆ ਜਾਂ ਇਹ ਸਾਡੇ ਲਈ ਸਹੀ ਆ ਜਾਂ ਨਹੀਂ ਸਹੀਗਾ, ਤੁਸੀਂ ਉਸ ਸਮਾਨ ਦਾ ਕਿਊ ਆਰ ਕੋਡ, ਇੱਕ ਯਾਨੀ ਕਿ ਨਾ ਹਰੇਕ ਸਮਾਨ ਦੇ ਉੱਪਰ ਨਾ ਇੱਕ ਕਿਊ ਆਰ ਕੋਡ ਹੁੰਦਾ ਵਾ, ਠੀਕ ਹੈ। ਤੁਸੀਂ ਨਾ ਉਸ ਨੂੰ ਉਸੇ ਟਾਈਮ ਕਿਊ ਆਰ ਕੋਡ ਨੂੰ ਸਕੈਨ ਕਰ ਲੈਣਾ, ਅਤੇ ਜਦੋਂ ਸਕੈਨ ਕਰੋਗੇ ਤੁਹਾਨੂੰ ਸਾਰੀ ਡਿਟੇਲ ਆ ਜੂਗੀ ਕਿ ਇਹ ਸਮਾਨ ਡੁਪਲੀਕੇਟ ਆ, ਓਰੀਜਨਲ ਆ ਜਾਂ ਕਿੰਨੇ ਬਣਾਇਆ, ਕਿਵੇਂ ਆ, ਇਹਦੇ ਵਿੱਚ ਕੀ ਸਮਾਨ ਪਿਆ, ਇਹ ਕਿਸ ਚੀਜ਼ ਲਈ ਯੂਜ਼ ਕੀਤਾ ਜਾਂਦਾ ਵਾ, ਠੀਕ ਹੈ। ਤਾਂ ਤੁਸੀਂ ਵੀ, ਅੱਜ ਕੱਲ੍ਹ ਬਹੁਤ ਇੱਦਾਂ ਦੇ ਡਰਾਮੇ ਹੁੰਦੇ ਪਏ ਡੁਪਲੀਕੇਟ ਵਾਲੇ, ਤੁਸੀਂ ਵੀ ਇਹਨਾਂ ਵਿੱਚੋਂ ਬਚਣਾ, ਠੀਕ ਹੈ। ਤਾਂ ਚਲੋ ਦੋਸਤੋ, ਮੈਂ ਅੱਗੇ ਵੀਡੀਓ ਸ਼ੁਰੂ ਕਰਦਾ ਵਾਂ, ਠੀਕ ਹੈ। ਅਤੇ ਤੁਹਾਨੂੰ ਦੱਸਦਾ ਕਿ ਐਪਲੀਕੇਸ਼ਨ ਦਾ ਨਾਮ ਆ, ਠੀਕ ਆ। ਤਾਂ ਸਭ ਤੋਂ ਪਹਿਲਾਂ ਇੱਕ ਤੁਹਾਡੇ ਨਾਲ ਮੈਂ ਇੱਕ ਰਿਕੁਐਸਟ ਕਰਨਾ ਚਾਹੁੰਦਾ ਵਾਂ, ਠੀਕ ਹੈ। ਦੋਸਤੋ, ਜਿਨ੍ਹਾਂ ਨੇ ਅੱਜ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਠੀਕ ਹੈ। ਅਤੇ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਤਾਂ, ਉਹਨਾਂ ਲਈ ਤਾਂ ਮੇਰੇ ਭੈਣ ਭਰਾਵਾਂ ਲਈ ਬਹੁਤ ਜ਼ਿਆਦਾ ਥੈਂਕ ਯੂ, ਧੰਨਵਾਦ ਮੈਂ ਉਹਨਾਂ ਨੂੰ ਕਹਿੰਦਾ ਵਾਂ, ਠੀਕ ਆ। ਤਾਂ ਔਰ ਜਿਨ੍ਹਾਂ ਨੇ ਨਹੀਂ ਕੀਤਾ ਉਹ ਕਰ ਲਓ, ਤਾਂ ਨਾਲ ਲਾਈਕ ਔਰ ਕਮੈਂਟ ਵੀ ਕਰਦਿਆ ਕਰੋ। ਅਤੇ ਨਾਲ ਨਾਲ ਦੋਸਤੋ, ਤੁਹਾਨੂੰ ਕਿਸੇ ਵੀ ਐਪਲੀਕੇਸ਼ਨ ਜਾਂ ਵੀਡੀਓ ਬਾਰੇ ਲੋੜ ਹੋਵੇ ਤਾਂ ਮੈਨੂੰ ਜ਼ਰੂਰ ਕਮੈਂਟ ਵੀ ਦੱਸਣਾ, ਮੈਂ ਉਹ ਤੁਹਾਡੀ ਵੀਡੀਓ ਜ਼ਰੂਰ ਬਣਾਵਾਂਗਾ, ਅਤੇ ਐਪਲੀਕੇਸ਼ਨ ਜ਼ਰੂਰ ਦੱਸਾਂ ਕਿਹੜੀ ਆ, ਕਿਸ ਚੀਜ਼ ਦੀ ਤੁਹਾਨੂੰ ਲੋੜ ਆ, ਠੀਕ ਆ। ਚਲੋ ਮੈਂ ਆਪਾਂ ਹੁਣ ਵੱਧਦੇ ਹਾਂ ਅਗਲੀ ਐਪਲੀਕੇਸ਼ਨ ਬਾਰੇ, ਕਿਹੜੀ ਆ, ਠੀਕ ਆ। ਮੇਰੇ ਕਹਿਣ ਦਾ ਮਤਲਬ ਕਿ ਐਪਲੀਕੇਸ਼ਨ ਤੁਹਾਨੂੰ ਦੱਸਦਾ ਕੌਣ ਸੀ ਆ, ਇਸ ਲਾਲ ਬਟਨ ਦਬਾ ਕੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਔਰ ਨਾਲ ਲੱਗੇ ਬੈੱਲ ਆਈਕੋਨ ਨੂੰ ਵੀ ਦਬਾ ਦਿਓ ਤਾਂ ਕਿ ਵੀਡੀਓ ਅਪਲੋਡ ਹੁੰਦੇ ਸਭ ਤੋਂ ਪਹਿਲਾਂ ਸੂਚਨਾ ਤੁਹਾਨੂੰ ਮਿਲ ਜਾਵੇ। ਤਾਂ ਦੋਸਤੋ, ਸਾਨੂੰ ਇਸ ਕੋਈ ਵੀ ਸਮਾਨ ਦੀ ਸਕੈਨ ਕਰਨ ਲਈ ਸਾਨੂੰ ਇੱਕ ਐਪਲੀਕੇਸ਼ਨ ਦੀ ਲੋੜ ਪੈਗੀ। ਤਾਂ ਇੰਟਰਨੈਟ ਤਾਂ ਆਪਣੇ ਫੋਨ ਦੇ ਵਿੱਚ ਤਾਂ ਹਰ ਕਿਸੇ ਦੇ ਵਿੱਚ ਅੱਜ ਕੱਲ੍ਹ ਦੇ ਟਾਈਮ 'ਚ ਹੁੰਦਾ ਵਾ, ਜਦੋਂ ਦਾ ਜੀਓ ਆਇਆ ਹੋਇਆ। ਤਾਂ ਦੋਸਤੋ, ਮੈਂ ਇੱਕ ਐਪਲੀਕੇਸ਼ਨ ਨੂੰ ਡਾਊਨਲੋਡ ਕੀਤਾ ਹੋਇਆ ਵਾ, ਅਤੇ ਜਿੱਦਾਂ ਕਿ ਇਹ ਐਪਲੀਕੇਸ਼ਨ ਮੈਨੂੰ ਬਹੁਤ ਵਧੀਆ ਲੱਗੀ ਹੈ। ਪਲੇ ਸਟੋਰ ਅੰਦਰ ਤਾਂ ਐਪਲੀਕੇਸ਼ਨ ਬਹੁਤ ਸਾਰੀਆਂ ਹੈਗੀਆਂ ਨੇ, ਪਰ ਮੈਨੂੰ ਇਹ ਸਾਰਾ ਬੈਸਟ ਲੱਗੀ ਕਿਉਂਕਿ ਇਹਦੇ ਵਿੱਚ ਐਡ ਵੀ ਕੋਈ ਜ਼ਿਆਦਾ ਨਹੀਂ ਆਉਂਦੀ, ਠੀਕ ਹੈ, ਆਉਂਦੀ ਹੈ ਤਾਂ ਮਾੜੀ ਮੋਟੀ, ਨਹੀਂ ਤਾਂ ਨਹੀਂ, ਠੀਕ ਆ। ਤਾਂ ਚਲੋ ਆਪਾਂ ਸ਼ੁਰੂ ਕਰਦੇ ਹਾਂ। ਅਤੇ ਇੱਕ ਡੈਮੋ ਲਈ ਮੈਂ ਇੱਕ ਚਾਟ ਮਸਾਲੇ ਦੀ ਡੱਬੀ ਲਈ ਹੈ, ਠੀਕ ਆ। ਆਪਾਂ ਇਹਨੂੰ ਸਕੈਨ ਕਰ ਲੈਂਦੇ ਹਾਂ ਕਿਊ ਆਰ ਕੋਡ ਦਾ, ਠੀਕ ਹੈ। ਠੀਕ ਹੈ ਦੋਸਤੋ, ਤੁਸੀਂ ਦੇਖਿਆ ਹੁਣ ਸਕੈਨ ਹੋ ਚੁੱਕੀ ਆ, ਉੱਪਰ ਆ ਰਿਹਾ ਵਾ। ਮੰਨ ਲਓ ਕਿਸੇ ਨੂੰ ਆਪਾਂ ਸ਼ੇਅਰ ਕਰਨਾ ਵਾ, ਆਪਾਂ ਨਹੀਂ ਸਮਝ ਆਉਂਦੀ, ਆਪਾਂ ਸ਼ੇਅਰ ਕਰਕੇ ਕਿਸੇ ਨੂੰ ਵੀ ਪੁੱਛ ਸਕਦੇ ਹਾਂ, ਹੈ ਨਾ। ਅਤੇ ਦੂਜੇ ਨੰਬਰ 'ਤੇ ਆ ਜਾਵੇ ਕਿ ਸੈਂਟਰ ਵਿੱਚ ਬਣਿਆ ਹੋਇਆ ਵੈੱਬ ਸਰਚ, ਓਕੇ। ਆਪਾਂ ਵੈੱਬ ਸਰਚ 'ਤੇ ਕਲਿੱਕ ਕਰਨਾ, ਠੀਕ ਹੈ। ਇਹ ਆਪਾਂ ਨੂੰ ਸਿੱਧਾ ਗੂਗਲ 'ਤੇ ਲੈ ਜਾਏਗਾ, ਠੀਕ ਹੈ। ਜੋ ਵੀ ਇਹਦੀ ਕੰਪਨੀ ਆ, ਜਿਹਨੇ ਬਣਾਇਆ ਵਾ, ਕੀ ਸਮਾਨ ਇਹਦੇ ਵਿੱਚ ਪਿਆ ਹੋਇਆ ਵਾ, ਕਾਹਦੇ ਲਈ ਲੋੜ ਪੈਂਦੀ ਹੈ, ਸਾਰਾ ਕੁਛ ਡਿਟੇਲ ਦੱਸੀ ਹੋਈ ਹੈ, ਠੀਕ ਹੈ, ਤੁਸੀਂ ਦੇਖ ਰਹੇ ਹੋ। ਤਾਂ ਇਹਦੀ ਵੀਡੀਓ ਵੀ ਬਣੀ ਹੋਈ, ਆਪਾਂ ਵੀਡੀਓ ਵਿੱਚ ਜਾ ਕੇ ਵੀ ਆਪਾਂ ਦੇ ਸਕਦੇ ਹਾਂ ਨਾ। ਅਤੇ ਇਸ ਐਪਲੀਕੇਸ਼ਨ ਨੂੰ ਤੁਸੀਂ ਵੀ ਯੂਜ਼ ਕਰਨਾ ਵਾ, ਠੀਕ ਹੈ। ਤੁਸੀਂ ਵੀ, ਤੁਹਾਨੂੰ ਵੀ ਬਹੁਤ ਫਾਇਦਾ ਹੋਏਗਾ, ਕਿਉਂਕਿ ਇਹ ਤੁਹਾਨੂੰ ਪਤਾ ਮਾਰਕੀਟ ਵਿੱਚ ਅੱਜ ਕੱਲ੍ਹ ਤਾਂ ਬਹੁਤ ਡੁਪਲੀਕੇਟ ਸਮਾਨ ਆ ਰਿਹਾ ਵਾ, ਤਾਂ ਆਪਾਂ ਵੀ ਇਹਨੂੰ ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ, ਠੀਕ ਆ। ਅਤੇ ਇਹਦੇ ਵਿੱਚ ਸ਼ਾਇਦ ਆਈ ਥਿੰਕ ਕੋਈ ਪ੍ਰਾਈਜ਼ ਵਗੈਰਾ ਵੀ ਲਿਖੇ ਹੋਣਗੇ, ਠੀਕ ਹੈ, ਕਿ ਆਪਾਂ ਕਿਸੇ ਵੀ, ਹੁਣ ਜਿਵੇਂ ਕਿ ਇਹਨੂੰ ਆਪਾਂ ਕਲਿੱਕ ਕਰ ਦੇਣਾ, ਅਤੇ ਇਹਦੇ ਵਿੱਚ ਸਭ ਕੁਝ ਲਿਖਿਆ ਆ ਗਿਆ ਕਿ ਇਹਦੇ ਵਿੱਚ ਕਿੰਨਾ ਕੀ ਸਮਾਨ ਪਿਆ ਵਾ, ਠੀਕ ਆ, ਜੋ ਵੀ ਆ ਚਾਟ ਮਸਾਲੇ ਵਿੱਚ ਨਾ, ਸਾਰਾ ਕੁਛ, ਸਾਰੀ ਡੇਟ ਦਿੱਤੀ ਹੋਈ ਆ, ਕਿੰਨੀ ਐਕਸਪੇਅਰ ਡੇਟ ਆ ਜਾਂ ਕੁਛ ਵੀ ਆ, ਸਾਰਾ ਕੁਛ ਤੁਸੀਂ ਆਪ ਖੁਦ ਦੇਖ ਸਕਦੇ ਆ। ਤਾਂ ਦੋਸਤੋ, ਸੋ ਤੁਸੀਂ ਵੀ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਲੈਣਾ, ਔਰ ਡੁਪਲੀਕੇਟ ਸਮਾਨ ਤੋਂ ਬਚਣਾ, ਔਰ ਜੋ ਵੀ ਤੁਹਾਨੂੰ ਸਮਾਨ ਦਾ ਨਹੀਂ ਪਤਾ ਹੈਗਾ, ਤੁਸੀਂ ਇਹ ਕਿਊ ਆਰ ਕੋਡ ਕਰਕੇ ਸਕੈਨ ਕਰਕੇ ਤਾਂ ਆਪਣੇ ਸਮਾਨ ਦੀ ਕੋਈ ਵੀ, ਕਿਸੇ ਸਮਾਨ ਦੀ ਵੀ ਜਾਣਕਾਰੀ ਲੈ ਸਕਦੇ ਹਾਂ। ਤਾਂ ਥੈਂਕ ਯੂ ਸੋ ਮੱਚ ਵਾਚਿੰਗ ਮਾਈ ਵੀਡੀਓ।